उतार दो। हाँ जी, की हाल चला जी दोस्तों। रात दे बज चुके दो, बहस हो रही है क्योंकि भुख लगी सानू बहुत ज्यादा। आ भी बेचारा भुखा स्नैपी, भुख लगी है तेनू बहुत ज्यादा? ना। यस बोलो। यस यस, भुख लगी आ। खान नू साडे घरे कुछ नहीं पिया। झूठ। की झूठ? की पिया? सब कुछ है। की पिया? बस बनाने वाला होना चाहिए। चलो फिर उठो बनाओ। तो हुण बना के देख रहे हैं कुछ, तो तुहानू दसदे हां की बनाण लगे। रात दे दो बज चुके दो दो। चलो आज देखिए की बनता। देखो भुख किन्नी लगी बेचारे नू, भज्जा ही जांदा भज्जा ही। चलो आज बनाइए। आज आया आ तां खा लिया कर मामा जिहड़ा आह रखिया। चला आ साडी रसोई है जी। गंद पिया नहीं पिया नहीं, अज सफाई लगती भी मैनूं थोड़ी। अज थोड़ी सफाई है। चल बना कुछ वधिया आ। ऐ कर अपने बकरा पिया फ्रिज। मुर्गी के ये बड़े हुए अंडे। ठीक है चलो फिर अंडे बना लेने। मिर्च लेके आओ। तो पहला क्यों भज्जी आई सी मेरे वाल? चल जा फिर मिर्च लेके भज के जा, जल्दी जा। अंडे चल जा फिर। जाओ बनाओ। चला आप लेके आइए। आजा इधर आ। किथे पई आ? इतने मिर्च नहीं लभदी अद्धी रात में। ऐसे काटे जाते हैं प्याज। आंदा तेनू सब कुछ है बनाना? मैं थोड़ी बना रही हूँ, आप बना रहे हो, ये मुझे थोड़ी आता बनाने। अच्छा चल फिर प्याज काट दे। लोग च मैं ही दिखाना की बनानी है तू की नहीं। ओके ओके। चार अंडे बहुत? हाँ तो आप चार अंडों का खा लोगे। ठीक है मिर्चा ना पा, इनिया मिर्चा ना पा, मैं कल्ले ने खाना ते इनिया मिर्चा। तो आप लेके आए हो तीन? मैं तो तीन उद्दा लेके आया। मैं कहता तू खानी आ, मेनू पता नहीं ना तू खांदी नहीं। अच्छा लगा पता। हाँ तू ऐ कर फिर परौंठे बना ला अपने लिए अद्धी रात नूं। बाहर देख मैं बाहर दिखा के लिया ना की हाल होया पिया। स्नैपी आ जा आ जा। हाय बाहर हो गई ठंड बहुत ज्यादा। चेक करो ठंड। शिमला बनिया पिया शिमला। ਉਹ ਸਾਹਮਣੇ ਸੁਸਾਇਟੀ ਆ ਜਿੱਥੇ ਮੇਰੇ ਮਿੱਤਰ ਰਹਿੰਦੇ। ਮਿੱਤਰ ਸਾਰੇ ਬੇਵਕੂਫ ਮਿੱਤਰ ਉੱਥੇ ਰਹਿੰਦੇ ਆ। ਅਬ ਇਸਕੋ ਰੱਖਦੇ ਹਾਂ ਯਹਾਂ ਪੇ ਹਮ ਔਰ ਇਸਕੋ ਚਲਾਓ। ਇਹ ਐਸੇ ਨਹੀਂ ਚਲੇਗਾ। ਕੈਸੇ ਚਲੇਗਾ? ਪਿੱਛੇ ਤੋਂ ਚਲਾਓ। ਇਹ ਚੱਲ ਤੋ ਗਿਆ ਕਿਆ? ਮੇਰਾ ਫੁੱਦੂ ਬਣਾ ਰਹੇ ਹੋ ਆਪ? ਕਿਆ ਬਣਾ ਰਹੇ ਹੋ ਮੇਰਾ? ਇਹ ਅਪਸ਼ਬਦ ਕਿਆ ਬੋਲਤੇ ਹੋ? ਜੋ ਵੀ ਹੈ ਜੋ ਵੀ ਹੈ ਇਹ ਪੰਜਾਬੀ ਲੈਂਗੁਏਜ ਆ, ਇਹਨੂੰ ਪੰਜਾਬੀ ਲੈਂਗੁਏਜ ਕਹਿੰਦੇ ਆ। ਠੀਕ ਆ, ਪੰਜਾਬੀ ਲੈਂਗੁਏਜ 'ਚ ਫੁੱਦੂ ਤੇ ਭੈਣ ਬਿਨਾਂ ਗੱਲ ਨਹੀਂ ਹੁੰਦੀ। ਠੀਕ ਆ, ਸਮਝ ਜਾ ਗੱਲ ਮੇਰੀ। ਠੀਕ ਆ ਓਕੇ ਓਕੇ। ਚਲ ਅੰਡਾ ਬਣਾ ਦਿਓ ਮੇਰੇ ਲਈ। ਠੰਡ ਨਾ ਇੰਨੀ ਠੰਡ ਆ, ਮੈਂ ਦੇਖ ਲਾ ਆਪਦੀਆਂ ਬਾਹਾਂ ਵਾਲੀਆਂ ਪਾ ਕੇ ਟੋਰਨਾ ਘੁੰਮਦਾ ਵੈਸੇ ਇਹਨੂੰ, ਤੈਨੂੰ ਪਤਾ ਨਹੀਂ? ਮੈਨੂੰ ਤਾਂ ਵੀ ਦੇਖਾ ਉਦਾਂ ਤੂੰ ਕਹਿੰਦੀ ਮੈਨੂੰ ਬਣਾਉਣਾ ਨਹੀਂ ਆਉਂਦਾ। ਇਹ ਤੂੰ ਆਪਨੇ ਬਤਾਇਆ ਥਾ ਨਾ ਕਿ ਐਸੇ। ਠੀਕ ਆ, ਮੈਂ ਬਤਾਇਆ ਥਾ ਇਸਕੋ ਕਿ ਐਸੇ ਐਸੇ ਕਰਨਾ ਹੈ। ਹੁਣ ਪਾ ਵੀ ਦੇ ਉਹਨੂੰ। ਅਭੀ ਗਰਮ ਹੋ ਰਿਹਾ। ਤੇ ਹਿੰਦੀ ਬੋਲਣੀ ਮੈਨੂੰ ਬੜੀ ਔਖੀ ਲੱਗਦੀ ਆ ਕਿਉਂਕਿ ਹਿੰਦੀ ਮੈਂ ਕਦੀ ਅੱਜ ਤੱਕ ਬੋਲੀ ਨਹੀਂ। ਹਿੰਦੀ ਬੋਲ ਲੈਂਦਾ ਮਾੜੀ ਮੋਟੀ, ਇੰਨੀ ਵੀ ਨਹੀਂ, ਮਾੜੀ ਮੋਟੀ ਬੋਲ ਲੈਂਦਾ। ਹੁਣ ਤਾਂ ਸਿੱਖ ਲਈ ਥੋੜ੍ਹੀ ਜਿਹੀ, ਨਾਲ ਰਹਿ ਕੇ ਥੋੜ੍ਹੀ ਬਹੁਤੀ ਹਿੰਦੀ ਆਉਣ ਲੱਗ ਗਈ ਮੈਨੂੰ। ਬਸ ਵੀ ਕਰੋ ਹੁਣ, ਕਿੱਦਾਂ ਕਿੱਦਾਂ ਤੂੰ ਪੰਜਾਬੀ ਬੋਲ ਕੇ ਦਿਖਾ ਦੇ ਮਾੜੀ ਜੀ। ਲਾਈਕ ਜੈਸੇ ਮਾਮੀ ਬੋਲਦੇ ਥੇ ਭਰਾਵਾ ਬਸ ਕਰ। ਹੋਰ ਮੈਂ ਮਾਮੀ ਜੀ ਸੇ ਤੋ ਯਹੀ ਸਿੱਖਾ ਥਾ ਭਰਾਵਾ ਬਸ ਕਰ। ਫਿਰ ਤੂੰ ਵੀ ਬਸ ਕਰ, ਉਹਨਾਂ ਨੂੰ ਘੋਲੀ ਜਾਂਦੀ ਆ ਘੋਲੀ ਜਾਂਦੀ ਆ, ਤੂੰ ਵੀ ਬਸ ਕਰ। ਆਪਸੇ ਮੈਨੇ ਸਿੱਖਾ ਥਾ ਕੀ ਫੁੱਦੂ ਬਣਾਈ ਜਾਂਦੀ ਆ। ਤੇ ਤੂੰ ਨਾ ਕਿਹਾ ਕਰ ਇਦਾਂ, ਠੀਕ ਆ? ਤੂੰ ਨੀ ਇਦਾਂ ਕਹਿਣਾ, ਮੈਂ ਤੈਨੂੰ ਕਹਿ ਸਕਦਾ। ਨਹੀਂ ਮੈਂ ਨਹੀਂ, ਮੈਂ ਬੋਲਦੀ ਨਹੀਂ, ਮੈਂ ਤਾਂ ਬਤਾ, ਆਪਨੇ ਬੋਲਾ ਨਾ ਪੰਜਾਬੀ ਬੋਲ, ਤਾਂ ਮੈਂ ਬੋਲ ਰਹੀ ਹਾਂ ਕਿ ਆਪ ਐਸੇ ਵਰਡਸ ਯੂਜ਼ ਕਰਤੇ ਹੋ ਲਾਈਕ ਹੈਲਪਿੰਗ ਵਰਬਸ। ਠੀਕ ਆ ਓਕੇ, ਮੇਰੀ ਤਾਂ ਆਦਤ ਬਣ ਚੁੱਕੀ ਆ ਇਦਾਂ ਬੋਲਣ ਦੀ। ਸੋ ਆਪਣੀ ਦੋਸਤ ਆ ਮੈਨੂੰ ਨਾ ਫੁੱਦੂ ਯਾਰਾਂ 'ਚ ਰਹਿ ਕੇ ਇੱਦਾਂ ਦੀ ਫੁੱਦੂ ਲੈਂਗੁਏਜ ਆ ਚੁੱਕੀ ਆ ਵੀ ਆ ਚੁੱਕੀ ਆ। ਠੀਕ ਆ ਹਾਂ, ਅਤੇ ਤੂੰ ਇੱਦਾਂ ਨਹੀਂ ਬੋਲਣਾ। ਓਕੇ
ਸੋਹਣਾ ਲੱਗਦਾ ਤੇਰੇ ਹੱਥ ਜਾ ਫੜ ਕੇ ਰੱਖਿਆ ਕਰ ਇਹਨੂੰ 24 ਘੰਟੇ ਫਿਰੀ ਓਕੇ ਆਈ ਵਿਲ ਮੈਨੂੰ ਦੱਸ ਕੇ ਤਾਂ ਪਾਂਦੀ ਇਹਨੂੰ ਵਿੱਚ ਪਾਣ ਲੱਗੀ ਆ ਮੈਂ ਕਿਉਂ ਐਡੀ ਤੈਨੂੰ ਅੱਗ ਲੱਗੀ ਆ ਖਾਂਦੀ ਤੂੰ ਹੈ ਨਹੀਂ ਮੇਰਾ ਤਾਂ ਸਵਾਦ ਮਾਰਤਾ ਨਾ ਫੋਨ ਆ ਗਿਆ 1 ਮਿੰਟ ਰੁਪਿਆ ਫੋਨ ਆ ਗਿਆ ਰਾਤੀ 2 ਵਜੇ ਕਿਹਦਾ ਫੋਨ ਆ ਗਿਆ ਸੈਵੀ ਜੋੜਨ ਦਾ ਫੋਨ ਆ ਗਿਆ ਸੈਵੀ ਜੋੜਨ ਦਾ ਜੇ ਟੁੱਟ ਗਿਆ ਮੈਂ ਤੈਨੂੰ ਤੋੜ ਦੂੰ ਇਹ ਟੁੱਟ ਜਾਏਗਾ ਮੈਂ ਸੱਚ ਬੋਲ ਰਹੀ ਹਾਂ ਮੇਰੇ ਸੇ ਨਹੀਂ ਹੋ ਪਾਏਗਾ ਇਹ ਤੇ ਇਸ ਤੋਂ ਹੀ ਕਰਾਣਾ ਮੈਂ ਇਹ ਚ ਤੂੰ ਨਮਕ ਨਹੀਂ ਪਾਇਆ ਮਿਰਚ ਨਹੀਂ ਪਾਇਆ ਤੂੰ ਐਦੀ ਘੋਲਤਾ ਨਹੀਂ ਨਮਕ ਮੈਨੇ ਡਾਲਾ ਹੈ ਮਿਰਚ ਇਹ ਜੋ ਹੈ ਹਰੀ ਹਰੀ ਲਾਲ ਮਿਰਚ ਨਹੀਂ ਭਾਈ ਸ਼ੀਨੂ ਕਾ ਢਾਬਾ ਨਹੀਂ ਲਾਲ ਮਿਰਚ ਨਹੀਂ ਭਾਈ ਤੂੰ ਆਪਨੇ ਬੋਲਾ ਪਹਿਲੇ ਕਿ ਮਿਰਚ ਡਾਲ ਡਾਲ ਕੇ ਕੀ ਕਰ ਰਹੀ ਹੈ ਪਤਾ ਨਹੀਂ ਕੁਛ ਐਸਾ ਉਹ ਥੋੜਾ ਜਿਹਾ ਟੇਸਟੀ ਹੁੰਦਾ ਉਹ ਕੁੜੀਏ ਥੋੜਾ ਜਿਹਾ ਟੇਸਟ ਹੁੰਦਾ ਉਹ ਉੱਪਰ ਉੱਪਰ ਤੋਂ ਖਾ ਕੇ ਮੈਂ ਅੱਗ ਕਢਾਉਣੀ ਆ ਸਨੈਪੀ ਕੀ ਖਾਣਾ ਤੂੰ ਮੇਰੇ ਪੁੱਤ ਨੇ ਕੀ ਖਾਣਾ ਮੇਰੇ ਬੱਚੇ ਹੈਂ ਕੀ ਖਾਣਾ ਚੱਲ ਹੈਲੋ ਕਹਿ ਸਾਰਿਆਂ ਨੂੰ ਰੁਕਿਆ ਹੈਲੋ ਕਰ ਕਰ ਮੂੰਹ ਖੋਲ ਮੂੰਹ ਖੋਲ ਮੂੰਹ ਖੋਲ 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 ਸੋਹਣਾ ਸੱਪ ਬਾਈ ਬਣ ਗਿਆ ਓਏ ਆ ਗਿਆ ਬਣਾਉਣਾ ਆ ਗਿਆ ਹੁਣ ਇਹਨੂੰ ਨਾ ਚੰਗੀ ਤਰ੍ਹਾਂ ਰਾੜ ਦੀ ਕਿਤੋਂ ਕੱਚਾ ਨਾ ਹੋਵੇ ਜਦੋਂ ਕਿਉਂਕਿ ਮੈਂ ਖਾ ਲੈਂਦਾ ਪਰ ਮੈਨੂੰ ਇਹਦੀ ਸਮੈਲ ਬਹੁਤ ਚੜ੍ਹਦੀ ਆ ਜਦੋਂ ਕੱਚਾ ਕੱਚਾ ਜਿਹਾ ਹੁੰਦਾ ਠੀਕ ਆ ਸੋ ਇਸ ਲਈ ਇਹਨੂੰ ਥੋੜ੍ਹਾ ਜਿਹਾ ਪਕਾ ਲਓ ਓਕੇ ਅਤੇ ਰਾਤ ਦੇ 2 ਵਜੇ ਤੋਂ ਮੈਨੂੰ ਤਲੀਆਂ ਚੀਜ਼ਾਂ ਖਵਾਈ ਜਾਂਦੀਆਂ ਮੋਟਾਪਾ ਮੇਰੇ ਅੰਦਰ ਆ ਗਿਆ ਅਤੇ ਨਾਲੇ ਖੁਸ਼ਖਬਰੀ ਮੈਂ 2 ਦਿਨ ਬਾਅਦ ਚੱਲਾ ਜਿਮ ਓ ਮਾਈ ਗੋਡ ਆਪਕੋ ਹੋ ਗਿਆ ਇੱਕ ਸਾਲ ਬੋਲਤੇ ਬੋਲਤੇ ਕਿ ਮੈਂ ਕੱਲ ਜਿਮ ਜਾਊਂਗਾ ਸੁਬਹ ਮਾਰਨਿੰਗ ਵਾਕ ਪੇ ਜਾਊਂਗਾ 2 ਦਿਨ ਬਾਅਦ ਮੈਂ ਜਿਮ ਜਾਣਾ ਹੀ ਜਾਣਾ ਜੋ ਮਰਜ਼ੀ ਹੋਵੇ ਤੈਨੂੰ ਮੈਂ ਪਤਲਾ ਹੋ ਕੇ ਦਿਖਾਣਾ ਘੱਟੋ ਘੱਟ 50 ਕਿਲੋ ਭਾਰ ਕਰ ਲੈਣਾ ਆਪਣਾ ਤੂੰ ਵੀ ਕਹੂੰਗੀ ਮੈਂ ਆਪਣਾ ਦੇ ਐਕਸਚੇਂਜ ਠੀਕ ਆ ਬਸ ਬਣ ਗਿਆ ਲੱਗਦਾ ਤਾਂ ਵਧੀਆ ਵੇ ਦੇਖਣ ਨੂੰ ਬਾਕੀ ਪਤਾ ਨਹੀਂ ਕੁੱਕ ਰੱਖਣਾ ਹੀ ਪੈਣਾ ਕੁੱਕ ਨਵਾਂ ਮਿਲ ਜਾਏਗਾ ਫੜ ਗਿਆ ਤਾਂ ਮੈਂ ਕੁੱਟੂ ਬਹੁਤ ਕਿਸਕੋ ਲਓ ਜੀ ਹਮਾਰੀ ਸ਼ੀਨੂ ਜੀ ਨੇ ਆਧੀ ਰਾਤ ਕੋ ਹਮਾਰੀ ਪੁਕਾਰ ਸੁਣ ਲਈ ਹੈ ਐਸੇ ਬੋਲਦੇ ਹੈ ਹਿੰਦੀ ਔਰ ਤੇ ਹੁਣ ਮੈਂ ਖਾ ਕੇ ਦੱਸੂਗਾ ਇਹਨੇ ਕਿਵੇਂ ਦਾ ਬਣਾਇਆ ਪੀਜ਼ਾ ਆਮਲੇਟ ਹੁਣ ਮੈਂ ਤੁਹਾਨੂੰ ਖਾ ਕੇ ਦੱਸਦਾ ਬਸ ਕਰ ਸਾੜ ਨਾ ਦੇਈ ਉਹਨੂੰ ਬਸ ਹੋ ਗਿਆ ਜੇ ਸੜ ਗਿਆ ਤਬ ਵੀ ਖਾ ਲੈਣਾ ਕਿਉਂ ਖਾ ਲੂੰਗਾ ਦੂਜਾ ਬਣਾਉਣਾ ਪੈਣਾ ਤੈਨੂੰ ਆਂਡੇ ਬਹੁਤ ਪਏ ਆ ਉੱਧਰ ਠੀਕ ਆ ਸੜਿਆ ਹੋਇਆ ਮੈਂ ਨਹੀਂ ਖਾਂਦਾ ਆਈ ਡੋਂਟ ਲਾਈਕ ਦਿਸ ਸੜੀ ਹੋਈ ਚੀਜ਼ ਚਲੋ ਹੁਣ ਬਸ ਵੀ ਕਰ ਓਕੇ ਬਸ ਹਾਂ ਮੈਂ ਖਾ ਕੇ ਦੇਦਾ ਥੈਂਕ ਯੂ ਬਟ ਤੈਨੂੰ ਪਤਾ ਆਪਾਂ ਪੰਜਾਬੀ ਲੋਕ ਹੁੰਦੇ ਹਾਂ ਅੱਜ ਜਿੰਨੇ ਮਰਜ਼ੀ ਤੂੰ ਕਾਂਟੇ ਕੂੰਟੇ ਰੱਖ ਦੇ ਅਸੀਂ ਜੱਟ ਨੇ ਖਾਣਾ ਉਹਦੇ ਨਾਲ ਹੀ ਆ ਹੱਥਾਂ ਨਾਲ ਅਤੇ ਤੇ ਹੱਥ ਧੋਣੇ ਵੀ ਨਹੀਂ ਹੈਗੇ ਇੱਦਾਂ ਹੀ ਖਾਣਾ ਹੱਥ ਧੋਣੇ ਪੈਣੇ ਆ ਕਿਉਂਕਿ ਮੈਨੂੰ ਯਾਦ ਆ ਗਿਆ ਮਿੱਤਰੋ ਕਿ ਸਨੈਪੀ ਦੇ ਵੀ ਹੱਥ ਲਾਇਆ ਸੀ ਆਪਾਂ ਅਤੇ ਚਲੋ ਵੈਸੇ ਤਾਂ ਉਹ ਸਾਫ਼ ਸੁਥਰਾ ਨਹੀਂ ਰਹਿੰਦਾ ਸਾਡਾ ਸਨੈਪੀ ਇੰਨਾ ਗੰਦਾ ਨਹੀਂ ਹੁੰਦਾ ਫਿਰ ਵੀ ਸਮਝ ਜੋ ਧੋਣੇ ਪੈਣੇ ਆ ਚਲੋ ਧੋ ਕੇ ਫਿਰ ਮੈਂ ਖਾਣਾ ਓਮਲੇਟ ਰਾਤ ਦੇ 2 ਵਜੇ 2 ਤੋਂ ਵੱਧ ਗਏ ਟਾਈਮ 2:30 ਵੱਜ ਗਏ ਆ ਤੇ ਸੋ ਫਾਈਨਲੀ ਗਾਇਜ਼ ਆਈ ਐਮ ਈਟਿੰਗ ਟੂ ਓਮਲੇਟ ਐਂਡ ਫਿਰ ਮੈਂ ਤੁਹਾਨੂੰ ਖਾ ਕੇ ਦੱਸਦਾ ਇਹਦਾ ਠੀਕ ਹੈ ਜੋ ਵੀ ਹੈ ਆਈ ਐਮ ਈਟਿੰਗ ਕੀ ਕਹਿੰਦੇ ਹੁੰਦੇ ਆ ਕੁਝ ਨਹੀਂ ਬੋਲਦੇ ਚੱਲ ਦੱਸ ਦੇ ਫਿਰ ਵੀ ਬੋਲੋ ਤੂੰ ਜਿਹੜੀ ਵੱਡੀ ਅੰਗਰੇਜ਼ ਬਣੀ ਹੈ ਤੂੰ ਦੱਸ ਇਹਨੂੰ ਕੀ ਕਹਿੰਦੇ ਆ ਖਾਣ ਲਈ ਇੰਗਲਿਸ਼ 'ਚ ਓਕੇ ਦੋਸਤੋ ਫਿਰ ਮੈਂ ਤੁਹਾਨੂੰ ਸਿੱਧਾ ਹੁਣ ਕਹਿੰਦਾ ਮੈਂ ਖਾ ਕੇ ਤੁਹਾਨੂੰ ਦੱਸਦਾ ਇਹਨੇ ਕਿਵੇਂ ਦਾ ਬਣਾਇਆ 1 ਮਿੰਟ ਰੁਕਿਓ ਇੱਦਾਂ ਹੀ ਮੈਂ ਖਾ ਲਵਾਂ ਪਹਿਲਾਂ ਮੈਨੇ ਇਹ ਸਪੂਨ ਵੀ ਤੋ ਦਿਆ ਆਪਕੋ ਤੈਨੂੰ ਕੀ ਲੱਗ ਗਿਆ ਹਾਂ ਹਾਂ ਸਵਾਦ ਆ ਪਰ ਜਿਹੜੀ ਇਹ 'ਚ ਕਮੀ ਆ ਉਹ ਲਾਲ ਮਿਰਚ ਦੀ ਤੂੰ ਉੱਪਰ ਸੇ ਫੇਂਕ ਦੋ ਐਸੇ ਨਾ ਉੱਪਰ ਸੇ ਫੇਂਕ ਦੋ ਐਸੇ ਐਸੇ ਉਹਦਾ ਸਵਾਦ ਬਣਿਆ ਮੈਂ ਮਾੜਾ ਨਹੀਂ ਕਹਿੰਦਾ ਘੈਂਟ ਬਣਿਆ ਓਕੇ ਪੂਰਾ ਖਾ ਲਵਾਂ ਪਹਿਲਾਂ ਮੈਂ ਫੇਰ ਗੱਲ ਕਰਦਾ ਗਿਆ ਸੀ ਤੂੰ ਹਲੇ ਲੈ ਖਾ ਲਾ ਨਹੀਂ ਪਤਾ ਲੱਗਦਾ ਤੇਰੇ ਘਰੇ ਤੂੰ ਆਂਡੇ ਖਾਂਦੀ ਆ ਲੈ ਯਾਰ ਕਿਆ ਪਰ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਅੱਧੀ ਰਾਤ ਨੂੰ ਵੀ ਮੈਨੂੰ ਗਰੀਬ ਜੀ ਨੂੰ ਓਮਲੇਟ ਖਵਾਇਆ
ਤੁਸੀਂ ਜਾ ਕੇ ਆਪਣੇ ਲਈ ਪਰੌਂਠਾ ਬਣਾਓ। ਨਹੀਂ ਮੈਂ ਚੌਕੋਸ ਖਾਊਂਗੀ। ਅੱਛਾ ਦੇਖੋ ਬਾਈ ਇੰਨੀ ਚੰਗੀ ਕੁੜੀ ਹੈ ਨਾ, ਆਪ ਨੂੰ ਵੀ ਭੁੱਖ ਲੱਗੇ ਨੇ ਪਹਿਲਾਂ, ਪਰ ਮੈਨੂੰ ਆਮਲੇਟ ਬਣਾ ਦਿੱਤਾ ਤੇ ਸਨੈਪੀ ਨੂੰ ਦੇ ਦੇ ਕੁਛ। ਸਨੈਪੀ ਨੇ ਦੋ ਤਿੰਨ ਵਾਰ ਖਾ ਲਈ ਹੈ। ਓਕੇ ਚਲੋ ਠੀਕ ਆ, ਬਹੁਤ ਸਵਾਦ ਬਣਿਆ ਉਹਦਾ। ਪੈਰ ਛੂ ਮੇਰੇ ਆਮਲੇਟ ਖਾਂਦੀ ਨੀ, ਆਂਡੇ ਉਂਡੇ ਖਾਂਦੀ ਨੀ ਹੈਗੀ, ਪਰ ਇਹ ਬਣਾਤਾ ਇਹਨੇ, ਬਣਾਉਂਦੀ ਵੀ ਨੀ ਸੀਗੀ, ਬੜੇ ਧੱਕੇ ਨਾਲ ਇਹਤੋਂ ਬਣਵਾਇਆ, ਇਹਨੂੰ ਸਿਖਾਇਆ ਪਹਿਲਾਂ ਕਿ ਏਦਾਂ ਬਣਦਾ। ਤੇ ਕਹਿੰਦੀ ਇਹ ਲੈਣਾ ਬੋਲਦੀ ਆ ਕਿਉਂਕਿ ਮੇਰੇ ਘਰ ਦੇ ਵੀ ਵਲੋਗ ਦੇਖਣਗੇ। ਇਹ ਆਮਲੇਟ ਦੀ ਲਾਸਟ ਬਾਈਟ ਆ ਤੇ ਮੈਂ ਸੱਚੀ ਦੱਸਾਂ ਮੈਨੂੰ ਭੁੱਖ ਹੋਰ ਲੱਗੀ ਆ ਇਹ ਖਾ ਕੇ, ਵੀ ਮੈਂ ਇੱਕ ਇਹ ਆਮਲੇਟ ਖਾ ਸਕਦਾ, ਮੈਂ ਇਹ ਤੋਂ ਬਾਅਦ ਵੀ ਇੱਕ ਆਮਲੇਟ ਖਾ ਸਕਦਾ। ਸਵੇਰ ਦਾ ਮੈਂ ਕੁਛ ਨਹੀਂ ਖਾਧਾ, ਸਵੇਰੇ ਜਿਹੜੇ ਚਾਰ ਪਰੌਂਠੇ ਖਵਾਏ ਇੱਕ ਤੂੰ ਉਹ, ਉਹ ਤੋਂ ਬਾਅਦ ਦੁਪਹਿਰੇ ਜਾ ਕੇ ਮੈਂ ਤਿੰਨ ਸਮੋਸੇ ਖਾਧੇ ਆ, ਰਾਤ ਨੂੰ ਮੈਂ ਮਿੱਠੂ ਸਟੂਡੀਓ ਗਿਆ, ਤਿੰਨ ਫੁਲਕੇ ਉੱਥੇ ਖਾਧੇ, ਦੁੱਧ ਪੀਤਾ, ਇੱਕ ਕੱਪ ਚਾਹ ਪੀਤੀ, ਹੁਣ ਭੁੱਖ ਪੇ ਲੱਗ ਗਈ ਤੇ ਆਂਡੇ ਦੇ ਉੱਤੋਂ ਪਾਣੀ ਪੀਦਾ ਹੁੰਦਾ। ਤੇ ਗਾਇਜ਼ ਬਹੁਤ ਵਧੀਆ ਆਮਲੇਟ ਬਣਿਆ, ਰਾਤ ਦੀ ਭੁੱਖ ਮੈਂ ਇੱਦਾਂ ਮੰਡੀ ਆ, ਪਰ ਆਂਡਾ ਮੈਂ ਹੋਰ ਖਾ ਸਕਦਾ ਕਿ ਕਲਪ ਜਾਂਦੀ ਆ, ਇਸ ਕਰਕੇ ਇੱਕੋ ਖਾ ਲਿਆ, ਢਿੱਡ ਭਰ ਗਿਆ। ਤੇ ਸੋ ਵਲੋਗ ਬਣਾਉਣਾ ਨਹੀਂ ਸੀ ਐਡਾ, ਮੈਂ ਇਹ ਸੋਚਿਆ ਨਹੀਂ ਸੀ ਕਿ ਮੈਂ ਵਲੋਗ ਬਣਾਊਂਗਾ, ਅਤੇ ਵਲੋਗ ਉੱਦਾਂ ਹੀ ਅਸੀਂ ਵੀਡੀਓ ਬਣਾਉਂਦੇ ਸੀ, ਮੈਂ ਕਿਹਾ ਚਲੋ ਆਪਾਂ ਤਾਂ ਖਾਂਦੇ ਹਾਂ ਲੋਕਾਂ ਨੂੰ ਕਿ ਸਾਡੀ ਚੰਡੀਗੜ੍ਹ ਦੇ ਵਿੱਚ ਰਾਤਾਂ ਇੱਦਾਂ ਬੀਤਦੀਆਂ, ਇੱਦਾਂ ਦੋ ਦੋ ਵਜੇ ਰਾਤ ਭੁੱਖ ਲੱਗ ਜਾਂਦੀ ਆ, ਕਈ ਵਾਰ ਤਾਂ ਬਣਾਉਣ ਵਾਲਾ ਬੰਦਾ ਨਹੀਂ ਹੁੰਦਾ ਕੋਲ, ਅਤੇ ਇਹ ਵੀ ਨਹੀਂ ਖੜ੍ਹਦੀ, ਫਿਰ ਆਪ ਹੀ ਲੱਗ ਜਾਈਦਾ ਰੋਟੀ ਰੋਟੀ ਬਣਾਉਣ, ਕੁਛ ਨਾ ਕੁਛ ਬਣਾ ਲਈਦਾ, ਮੈਗੀ ਬਣਾ ਲਈਦੀ ਆ। ਅਤੇ ਚਲੋ ਦੋਸਤੋ, ਅਤੇ ਵਲੋਗ ਵੱਧ ਨਹੀਂ ਬਣਿਆ ਹੋਣਾ, ਤਿੰਨ ਚਾਰ ਮਿੰਟ ਦਾ ਬਣਿਆ ਹੋਣਾ, ਪਰ ਦੇਖਿਓ ਜ਼ਰੂਰ। ਅਤੇ ਪਿੱਛੇ ਜੇ ਮੈਂ ਵਲੋਗ ਜੇ ਪਾਣੇ ਬੰਦ ਕਰਤੇ 10-12 ਦਿਨ, ਉਹਦੇ ਕਰਕੇ ਥੋੜ੍ਹੀ ਰੀਚ ਖਤਮ ਜਿਹੀ ਹੋ ਗਈ ਆ, ਅਤੇ ਤੁਸੀਂ ਜ਼ਿਆਦਾ ਦੁਬਾਰਾ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਵਲੋਗ ਕਿੱਦਾਂ ਲੱਗਾ ਕਮੈਂਟ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਸਬਸਕ੍ਰਾਈਬ ਕਰਿਓ। ਥੈਂਕ ਯੂ ਸੋ ਮੱਚ, ਜਲਦੀ ਜਲਦੀ 'ਚ ਬੋਲੋਗੇ, ਬਾਏ, ਲਵ ਯੂ।